ਦੇ ਹੁਕਮ ਮੁਤਾਬਿਕ ਜਿੱਥੇ ਅੱਜ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਦੀ ਉਸਾਰੀ ਨੂੰ ਲੈ ਕੇ ਜਪਜੀ ਸਾਹਿਬ ਦੇ ਪਾਠ ਕੀਤੇ ਗਏ, ਉੱਥੇ ਹੀ ਪਟਿਆਲਾ ਵਿੱਚ ਚੀਕਾ ਰੋਡ ਤੇ ਸਥਿਤ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੋ ਕਿ ਬਾਬਾ ਗੁਰਮੁਖ ਸਿੰਘ ਦੀ ਮਲਕੀਅਤ ਵਾਲੀ ਜਗ੍ਹਾ ਵਿੱਚ ਬਣਿਆ ਹੋਇਆ, ਅੱਜ ਬਾਬਾ ਗੁਰਮੁਖ ਸਿੰਘ ਨੇ ਇਹ ਜਗ੍ਹਾ ਇਸ ਥਾਂ ਨੂੰ ਸੰਗਤਾਂ ਨੂੰ ਦਾਨ ਕਰ ਦਿੱਤਾ। ਇਹ ਥਾਂ ਤਕਰੀਬਨ 200 ਗਜ ਦੀ ਹੈ ਅਤੇ ਉਹਨਾਂ ਵੱਲੋਂ ਇਸ ਜਗ੍ਹਾ ਦਾ ਇਕਰਾਰਨਾਮਾ ਵੀ ਸੰਗਤਾਂ ਦੇ ਹਵਾਲੇ ਕਰਤਾ ਗਿਆ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਦੇ ਮੱਦੇਨਜ਼ਰ ਇਸ ਥਾਂ ਤੇ ਅਖੰਡ ਪਾਠ ਸਾਹਿਬ ਰੱਖੇ ਗਏ, ਜਿਸ ਵਿੱਚ ਹਲਕਾ ਸਨੌਰ ਦੇ MLA ਹਰਿੰਦਰਪਾਲ ਚੰਦੂਮਾਸ਼ਾ ਅਤੇ SPD ਪਟਿਆਲਾ ਨਤਮਸਤਕ ਹੋਏ। ਇਸ ਮੌਕੇ ਸੰਗਤ ਵੱਲੋਂ ਆਏ ਹੋਏ ਪਤਵੰਤੇ ਸੱਜਣਾ ਦਾ ਸਿਰੋਪਾ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ। ਜਦੋਂ ਅਸੀਂ ਪਟਿਆਲੇ ਤੋਂ ਤੁਰੇ ਹਾਂ, ਅਸੀਂ ਆਏ ਇੱਥੇ ਗੁਰਦੁਆਰੇ ਦੀ ਮਨਸਾ ਤੇ। ਇੱਥੇ ਗੁਰਦੁਆਰਾ ਸਾਨੂੰ ਮਾਲਕ ਨੂੰ ਹੁਕਮ ਹੋਇਆ ਸੀ ਕਿ ਉੱਥੇ ਗੁਰਦੁਆਰਾ ਬਣਾਉਣਾ। ਪ੍ਰੀਖਿਆ ਵੀ ਸਾਡੀ ਹੋਈ ਹੈ ਇੱਥੇ, ਥੋੜ੍ਹੀ ਨਹੀਂ ਬਹੁਤ ਜ਼ਿਆਦਾ ਹੋਈ ਹੈ, ਅਤੇ ਜਿੰਨਾ ਸਾਡੇ ਤੋਂ ਬਣ ਸਕਿਆ ਉਹਨਾਂ ਬਣਾ ਕੇ ਹੁਣ ਗਾਂ ਅਸੀਂ ਸੰਗਤ ਨੂੰ ਸੌਂਪਦਾ ਹੈ ਕਿ ਗਾਂ ਹੁਣ ਤੁਸੀਂ ਮਿਹਨਤ ਕਰੋ। ਅਤੇ ਇਹਦੇ 'ਚ ਕੋਈ ਉਹ ਨਹੀਂ ਗਾ ਕਿ ਜਿਹੜਾ ਵੀ ਕਿਸੇ ਦੀ ਧਮਕੀ ਨਾਲ ਜਾਂ ਕਿਸੇ ਦੇ ਡਰ ਨਾਲ ਅਸੀਂ ਖੁਸ਼ੀ ਨਾਲ ਸੰਗਤ ਨੂੰ ਸੌਂਪਿਆ। ਪੂਰਾ ਪਿੰਡ ਵੱਜਦਾ ਜੋੜੀਆਂ ਸੜਕਾਂ। ਇਹ ਬਾਬਾ ਜੀ ਨੇ ਕੋਈ 15 ਦਿਨ ਪਹਿਲਾਂ ਮੈਨੂੰ ਬੁਲਾਇਆ ਵੀ ਮੈਂ ਸੰਗਤ ਨੂੰ ਇਹ ਜਗ੍ਹਾ ਦੇਣਾ ਚਾਹੁੰਦਾ, ਦਾਨ ਕਰਨਾ ਚਾਹੁੰਦਾ। ਮੈਂ ਸੰਗਤ ਨਾਲ ਰਾਏ ਕੀਤੀ, ਮੈਂ ਕਿਹਾ ਤਾਂ ਬੜੀ ਵਧੀਆ ਗੱਲ ਹੈ। ਸੰਗਤ ਕਹਿਣ ਲੱਗੀ ਵੀ ਅਸੀਂ ਰਾਜੀ ਹਾਂ ਲੈਣ ਤੋਂ, ਸੇਵਾ ਸੰਭਾਲ ਕਰਾਂਗੇ ਜੀ। ਉੱਥੇ ਕੋਈ 60 ਕੁ ਘਰ ਨਾਲ ਲੱਗਦੇ ਨੇ, 60-70 ਘਰ। ਮੈਂ ਸਮਝਦਾ ਸੇਵਾ ਦੀ, ਸ਼ਰਧਾ ਦੀ, ਸਮਰਪਿਤਾ ਦੀ ਇੱਕ ਅਨੋਖੀ ਮਿਸਾਲ ਆ ਜੋ ਬਾਬਾ ਗੁਰਮੁਖ ਸਿੰਘ ਜੀ ਉਹਨਾਂ ਨੇ ਕਾਇਮ ਕੀਤੀ ਆ ਕਿ ਅੱਜ ਜਿੱਥੇ ਖਾਲਸਾ ਪੰਥ ਗੁਰਦੁਆਰਾ ਗਿਆਨ ਗੋਦਰੀ ਸਾਹਿਬ ਦੀ ਸੇਵਾ ਸੰਭਾਲ ਉਹਨਾਂ ਦੀ ਮੁੜ ਉਸਾਰੀ ਵਾਸਤੇ ਇਕੱਠਾ ਹੋਇਆ, ਅਰਦਾਸ ਕੀਤੀ ਆ, ਜਪਜੀ ਸਾਹਿਬ ਦੇ ਜਾਪ ਕੀਤੇ ਨੇ, ਉੱਥੇ ਪਿੰਡ ਜਗਤਪੁਰਾ ਦੇ ਵਿੱਚ ਬਾਬਾ ਜੀ ਉਹਨਾਂ ਨੇ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਜਿੱਥੇ ਆਪਣੀ ਜਗ੍ਹਾ ਗੁਰੂ ਘਰ ਵਾਸਤੇ ਦਾਨ ਕੀਤੀ। ਉੱਥੇ ਹੋਰ ਜਿਹੜੀ ਇਹਨਾਂ ਦੀ ਨਾਲ ਲੱਗਦੀ ਜਗ੍ਹਾ, ਇਹਨਾਂ ਨੇ ਕਿਹਾ ਵੀ ਮੇਰੇ ਤੋਂ ਬਾਅਦ ਉਹ ਜਗ੍ਹਾ ਵੀ ਜਿਹੜੀ ਹੈਗੀ ਆ ਗੁਰੂ ਘਰ ਨੂੰ ਦਿੱਤੀ ਜਾਊਗੀ। ਸੋ ਮੈਂ ਇਹਨਾਂ ਦੀ ਸੇਵਾ ਨੂੰ, ਇਹਨਾਂ ਦੀ ਸਮਰਪਿਤਾ ਨੂੰ ਸਲਾਮ ਕਰਦਾ ਅਤੇ ਐਸੀਆਂ ਸ਼ਖਸੀਅਤਾਂ ਬਹੁਤ ਵੱਡੀ ਪ੍ਰੇਰਨਾ ਦਾ ਸਰੋਤ ਬਣ ਜਾਂਦੀਆਂ ਸਨ।